ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਹ ਮੇਰਾ ਟਰੈਕਿੰਗ ਉੱਤੇ ਪਹਿਲਾ ਬਲੌਗ ਆ। ਮੈਨੂੰ ਕੈਨੇਡਾ 'ਚ ਟਰੈਕਿੰਗ ਕਰਦੇ ਨੂੰ 3 ਸਾਲ ਹੋ ਗਏ। ਮੈਨੂੰ ਕੰਪਨੀ ਨੇ ਬ੍ਰੈਂਡ ਨਿਊ ਟਰੱਕ ਦਿੱਤਾ ਸੀ ਇੰਟਰਨੈਸ਼ਨਲ। ਜਦੋਂ ਮੈਂ ਪਹਿਲੀ ਪਿਕਅਪ ਕਰਨ ਆਇਆ ਟਰੱਕ ਉੱਤੇ, ਡੌਗ ਤੋਂ ਕੱਢਦੇ ਆ ਮੇਰਾ ਟ੍ਰੇਲਰ ਨੀਚੇ ਡਿੱਗ ਗਿਆ। ਇੱਦਾਂ ਦੀ ਹੈਪਨਿੰਗ ਹੋ ਗਈ। ਚਲੋ ਨੁਕਸਾਨ ਤੋਂ ਮੈਂ ਬਚ ਗਿਆ। ਫਿਰ ਟ੍ਰੇਲਰ ਚੱਕ ਕੇ ਪੰਪ ਉੱਤੇ ਆਇਆ ਮੈਂ। ਫਿਊਲ ਪਵਾ ਕੇ ਅੰਦਰ ਗਿਆ ਮੈਂ ਵਾਸ਼ਰੂਮ ਕਰਨ। ਜਦੋਂ ਆ ਕੇ ਦੇਖਿਆ ਫਿਰ ਮੇਰਾ 5th ਵੀਲ ਅਨਲੌਕ ਸੀ। ਮੈਨੂੰ ਲੱਗਿਆ ਕਿਸੇ ਨੇ ਫਿਰ ਮੇਰੇ ਨਾਲ ਸ਼ਰਾਰਤ ਕਰਤੀ। ਫਿਰ ਮੈਂ ਆਪਣਾ ਟ੍ਰੇਲਰ ਦੁਬਾਰਾ ਹੁੱਕ ਕੀਤਾ ਪ੍ਰੋਪਰ। ਬਾਅਦ 'ਚ ਮੈਨੂੰ ਸਮਝ ਲੱਗੀ ਮੇਰੇ ਟਰੱਕ ਵਿੱਚ ਕੀ ਪ੍ਰੋਬਲਮ ਸੀਗੀ। ਅੱਜ ਤੁਹਾਨੂੰ ਪ੍ਰੋਬਲਮ ਦੱਸੀ, ਪ੍ਰੋਬਲਮ ਕੀ ਸੀ ਮੇਰੇ ਬ੍ਰੈਂਡ ਨਿਊ ਟਰੱਕ ਦੇ ਵਿੱਚ। ਜਿਹਨੇ ਵੀ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਕਰ ਲਓ। ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਪ੍ਰੋਬਲਮ ਕੀ ਆ। ਜਦੋਂ ਵੀ ਮੈਂ ਆਪਣਾ ਸਸਪੈਂਸ਼ਨ ਡਰੋਪ ਕਰਨ ਜਾਂਦਾ ਸੀ ਅੰਦਰ ਟਰੱਕ 'ਚ, ਬਟਨ ਦੱਬਦਾ ਤਾਂ ਤੁਸੀਂ ਵੀ ਦੇਖਿਓ ਮੇਰਾ ਟ੍ਰੇਲਰ ਦਾ, ਮਤਲਬ ਆਪਣਾ 5th ਵੀਲ ਆ ਜੋ, ਉਹ ਅਨਲੌਕ ਹੋ ਜਾਂਦਾ ਸੀਗਾ। ਇਹ ਗੱਲ ਦਾ ਮੈਨੂੰ ਨਹੀਂ ਪਤਾ ਸੀ ਕਿਉਂਕਿ ਨਵਾਂ ਟਰੱਕ ਆ, ਮੈਂ ਪਹਿਲਾਂ ਸਸਪੈਂਸ਼ਨ ਡਰੋਪ ਨਹੀਂ ਕੀਤੀ ਸੀ। ਫਿਰ ਮੈਂ ਆਪਣੀ ਕੰਪਨੀ ਨੂੰ ਦੱਸਿਆ, ਡੀਲਰਸ਼ਿਪ ਨੂੰ ਆਪਾਂ ਕੰਟੈਕਟ ਕੀਤਾ। ਫਿਰ ਆਪਾਂ ਡੀਲਰਸ਼ਿਪ ਚੱਲੇ ਅਤੇ ਆ ਜਾਓ ਫਿਰ ਆਪਾਂ ਡੀਲਰਸ਼ਿਪ ਵਾਲੇ ਦੇਖਦੇ ਹਾਂ ਕੀ ਕਹਿੰਦੇ ਆ, ਉੱਥੇ ਜਾ ਕੇ ਦੱਸਦੇ ਹਾਂ ਬਾਕੀ ਗੱਲ ਤੁਹਾਨੂੰ। ਆਪਾਂ ਡੀਲਰਸ਼ਿਪ ਪਹੁੰਚ ਗਏ ਸੀਗੇ ਅਤੇ ਡੀਲਰਸ਼ਿਪ ਵਾਲਿਆਂ ਨੇ ਅੰਦਰ ਲਾ ਲਿਆ ਆਪਣਾ ਟਰੱਕ। ਅਤੇ ਇਹ ਮੈਨੂੰ ਪੁੱਛੀ ਗਏ ਅੱਧਾ ਪੌਣਾ ਘੰਟਾ ਪਹਿਲਾਂ ਸੋਚੀ ਗਏ ਵੀ ਪ੍ਰੋਬਲਮ ਹੈ ਕੀ ਆ। ਇਹ ਫਿਰ ਮੇਰੇ ਕੋਲ ਆਏ, ਕਹਿੰਦੇ ਵੀ ਤੂੰ ਕੋਈ ਗਲਤ ਤਾਂ ਨਹੀਂ ਬਟਨ ਦੱਬਤਾ ਸੀਗਾ। ਬਾਅਦ 'ਚ ਇਹਨਾਂ ਨੂੰ ਸਮਝ ਲੱਗਿਆ, ਇਹਨਾਂ ਨੇ ਨਾ ਟਰੱਕ ਦੇ ਵਿੱਚ, ਨਵੇਂ ਟਰੱਕਾਂ ਵਿੱਚ 2 ਬਟਨ ਦਿੱਤੇ ਆ, ਮਤਲਬ ਇੱਕ ਬਟਨ ਹੀ ਐਕਸਟਰਾ। ਪਹਿਲਾਂ ਤਾਂ ਇੱਕ ਹੁੰਦਾ ਹੀ ਆ ਸਸਪੈਂਸ਼ਨ ਡਰੋਪ ਵਾਲਾ, ਇਹਨਾਂ ਨੇ 5th ਵੀਲ ਅਨਲੌਕ ਵਾਲਾ ਬਟਨ ਦਿੱਤਾ ਗਾ। ਜਿਵੇਂ ਆਪਾਂ ਪਹਿਲਾਂ ਮੈਨੂਅਲੀ ਪਿੰਨ ਪੁੱਲਰ ਨਾਲ ਅਨਹੁੱਕ ਕਰ ਦਿੰਦੇ ਸੀਗੇ, ਮਤਲਬ ਅਨਲੌਕ ਕਰ ਦਿੰਦੇ ਸੀਗੇ। ਬਾਅਦ 'ਚ ਇਹਨਾਂ ਨੇ ਉਹ ਏਅਰਲਾਈਨਾਂ ਚੈੱਕ ਕੀਤੀਆਂ, ਏਅਰਲਾਈਨਾਂ ਗਲਤ ਲੱਗੀਆਂ ਹੋਈਆਂ ਸੀਆਂ। 5th ਵੀਲ ਵਾਲੀ ਅਨਲੌਕ ਵਾਲੀ ਉਹ ਸਸਪੈਂਸ਼ਨ ਬਟਨ ਨਾਲ ਲਾਤੀ, ਇਹਨਾਂ ਨੇ ਸਸਪੈਂਸ਼ਨ ਵਾਲੀ ਦੂਜੇ ਬਟਨ ਨਾਲ ਲਾਤੀ। ਬਾਅਦ 'ਚੋਂ ਚਲੋ ਇਹਨਾਂ ਨੇ ਠੀਕ ਕਰਤਾ ਟਰੱਕ ਆਪਣਾ, ਪਰ ਇਹ ਗਲਤੀ ਨਾਲ ਆਪਣਾ ਟ੍ਰੇਲਰ ਡਿੱਗ ਗਿਆ ਸੀਗਾ। ਚਲੋ ਬਾਬਾ ਮਿਹਰ ਕਰੇ, ਹੁਣ ਆਪਣਾ ਟਰੱਕ ਰੈਡੀ ਆ ਜਾਣ ਲਈ। ਚਲੋ ਮਿਲਦੇ ਹਾਂ ਅਗਲੀ ਵੀਡੀਓ 'ਚ ਸਾਰਿਆਂ ਨੂੰ। ਧੰਨਵਾਦ।